ਵਾਲਾ ਸਾਹਿਬ ਵਿਖੇ ਇੱਕ ਬੇਅਦਬੀ ਹੋਈ ਜਿਸ ਦੇ ਵਿੱਚ ਜਾਣਕਾਰੀ ਮੁਤਾਬਕ ਕਿ ਕਾਰ ਸਵਾਰ ਜਾ ਰਹੇ ਸੀ ਉਹਨਾਂ ਨੇ ਜਾਂਦਿਆਂ ਜਾਂਦਿਆਂ ਗੁਟਕਾ ਸਾਹਿਬ ਦੇ ਅੰਗ ਜਿਹੜੇ ਸੀ ਉਹ ਫਾੜ ਕੇ ਗਲੀਆਂ ਦੇ ਵਿੱਚ ਸੁੱਟੇ ਔਰ ਉਸ ਤੋਂ ਸਾਹਿਬ ਗੁਟਕਾ ਸਾਹਿਬ ਹੀ ਤਰੋੜ ਮਰੋੜ ਕੇ ਉਹ ਜਿਹੜਾ ਹੈਗਾ ਉਹ ਸੁੱਟਿਆ ਗਿਆ ਔਰ ਹੈਰਾਨੀ ਵਾਲੀ ਗੱਲ ਇਹ ਹੈਗੀ ਹੈ ਕਿ ਸਵੇਰ ਦਾ ਟਾਈਮ ਸੀ ਕਿਸੇ ਦੇ ਨਿਗਾਹ 'ਤੇ ਨਹੀਂ ਹੋਇਆ ਉਹ ਗੁਟਕਾ ਸਾਹਿਬ ਜਿਹੜਾ ਸੀ ਇੱਕ 10ਵੀਂ ਕਲਾਸ ਦੇ ਬੱਚੇ ਨੇ ਦੇਖਿਆ ਜਦੋਂ ਉਹਨੇ ਉੱਠ ਕੇ ਉਹ ਚੁੱਕ ਕੇ ਦੇਖਿਆ ਤਾਂ ਉਹਦੇ ਵਿੱਚ ਬਾਣੀ ਦਰਜ ਸੀ ਔਰ ਉਸਨੇ ਉਹ ਮਤਲਬ ਕਿ ਸਾਰਾ ਕੁਛ ਇਕੱਠਾ ਕਰਕੇ ਇੱਕ ਸਾਫ਼ ਰੁਮਾਲਾ ਸਾਹਿਬ ਦੇ ਵਿੱਚ ਲਪੇਟ ਕੇ ਜਿਹੜਾ ਸੀਗਾ ਉਹ ਪੁਲਿਸ ਨੂੰ ਵੀ ਦੱਸਿਆ ਪਹਿਲਾਂ ਤਾਂ ਉਹ ਘਬਰਾ ਕੇ ਉਹਨੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਪਰ ਫਿਰ ਇਹ ਮਾਮਲਾ ਪੁਲਿਸ ਕੋਲ ਆ ਗਿਆ ਦੱਸਣ ਦੇ ਮੁਤਾਬਕ ਇਹ ਪਤਾ ਲੱਗਿਆ ਕਿ ਗੋਲੇਵਾਲੇ ਦੇ ਨਾਲ ਹੀ ਇੱਕ ਪਿੰਡ ਹੈ ਬੇਗੂਆ ਔਰ ਇੱਕ ਸਾਧਕ ਹੈ ਇੱਥੋਂ ਦੇ ਦੋ ਬੰਦੇ ਦੱਸੇ ਜਾਣੇ ਆ ਜਿਹੜੇ ਕਿ ਮਸੀਹ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹੈ ਕਿ ਉਹਨਾਂ ਨੇ ਕਿਉਂਕਿ ਇਹ ਸਾਰਾ ਕੁਛ ਕੈਮਰੇ ਦੇ ਵਿੱਚ ਕੈਦ ਹੋ ਗਿਆ ਸੀ ਜਿਹੜੀ ਰਿਟਸ ਕਾਰ ਵਰਤੀ ਗਈ ਸੀ ਉਸ ਕੈਮਰੇ ਦੇ ਵਿੱਚੋਂ ਉਹਦਾ ਨੰਬਰ ਟਰੇਸ ਹੋਇਆ ਔਰ ਨੰਬਰ ਟਰੇਸ ਹੋਣ ਦੇ ਨਾਲ ਇਹਨਾਂ ਬੰਦਿਆਂ ਤੱਕ ਪਹੁੰਚ ਜਿਹੜੀ ਉਹ ਹੋ ਗਈ ਹੈ ਦੁੱਖ ਦੀ ਗੱਲ ਇਹ ਹੈਗੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ SSP ਸਾਹਿਬ ਨੂੰ ਰਾਤ ਹੀ ਗੱਲ ਹੋ ਗਈ ਸੀਗੀ ਉਹਨਾਂ ਨੇ ਜ਼ਰੂਰ ਸਾਨੂੰ ਇਹ ਇੱਕ ਵਿਸ਼ਵਾਸ ਦਵਾਇਆ ਹੈਗਾ ਕਿ ਇਹਨੂੰ ਅਸੀਂ ਬੜੀ ਬਰੀਕੀ ਦੇ ਨਾਲ ਜਿਹੜਾ ਹੈਗਾ ਇਸ ਦੀ ਘੋਖ ਕਰਾਂਗੇ ਬੰਦੇ ਜਿਹੜੇ ਆ ਪੁਲਿਸ ਵਾਲਿਆਂ ਨੇ ਫੜ ਲਏ ਹੈ ਸੋ ਹਾਲੇ ਤੱਕ ਇਹ ਤਾਂ ਨਹੀਂ ਪਤਾ ਲੱਗਿਆ ਕਿ ਕੀ ਮਕਸਦ ਸੀ ਪਰ ਅਸੀਂ ਸਾਰੇ ਜਣੇ ਇੱਕ ਬੇਨਤੀ ਜ਼ਰੂਰ ਪ੍ਰਸ਼ਾਸਨ ਨੂੰ ਵੀ ਕਰਦੇ ਹਾਂ ਕਿ ਇਸ ਦੀ ਜਿਹੜਾ ਤੈਅ ਤੱਕ ਜਾਇਆ ਜਾਏ ਕਿਉਂਕਿ ਅੱਗੇ ਵੀ ਬਹੁਤ ਬੇਅਦਬੀਆਂ ਹੋਈਆਂ ਅਨੰਦਪੁਰ ਸਾਹਿਬ ਹੋਈ ਸੀ ਉਹ ਕਹਿ ਕੇ ਇਹ ਟਾਲਿਆ ਗਿਆ ਕਿ ਜੀ ਉਹਦਾ ਦਿਮਾਗੀ ਸੰਤੁਲਨ ਜਿਹੜਾ ਉਹ ਠੀਕ ਨਹੀਂ ਸੀਗੀ ਸ੍ਰੀ ਦਰਬਾਰ ਸਾਹਿਬ ਬੰਦਾ ਹੋਇਆ ਉਹਨੂੰ ਤਾਂ ਚਲੋ ਸੰਗਤ ਨਹੀਂ ਪੂਰਾ ਜਿਹੜਾ ਸੀਗਾ ਉਹਦਾ ਕੀ ਕਹਿੰਦੇ ਹੈਗੇ ਆ ਸਜ਼ਾ ਦੇ ਦਿੱਤੀ ਔਰ ਇਸ ਜਿਹੜੀ ਘਟਨਾ ਹੈਗੀ ਇਸ ਨੂੰ ਨਾ ਤਾਂ ਅਸੀਂ ਕੋਈ ਦਿਮਾਗੀ ਸੰਤੁਲਨ ਕਹਿ ਸਕਦੇ ਹਾਂ ਕਿਉਂਕਿ ਇੱਕ ਬੰਦਾ ਕਾਰ 'ਚ ਰਹਿ ਰਿਹਾ ਦੂਜਾ ਕਾਰ 'ਚ ਬੈਠ ਕੇ ਕਰ ਰਿਹਾ ਸਾਰਾ ਕੁਛ ਕੈਮਰੇ ਦੇ ਵਿੱਚ ਕੈਦ ਹੋਇਆ ਸੋ ਅਸੀਂ SSP ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਸ ਤੈਅ ਤੱਕ ਜਾਇਆ ਜਾਏ ਕਿ ਕਿਸਨੇ ਕਰਵਾਇਆ ਇਹ ਜੀ ਕੱਲ੍ਹ ਪਿੰਡ ਗੋਲੇਵਾਲਾ ਵਿੱਚ ਬੇਅਦਬੀ ਹੋਈ ਸੀ ਗੁਟਕਾ ਸਾਹਿਬ ਦੀ ਗੁਟਕਾ ਸਾਹਿਬ ਪਾੜ ਕੇ ਕਿਸਨੇ ਉਹਨਾਂ ਦੇ ਅੰਗ ਉੱਥੇ ਪਿੰਡ ਵਿੱਚ ਖਿਲਾਰ ਦਿੱਤੇ ਸੀ ਜਿਸ 'ਤੇ ਫਿਰ ਇਨਫੋਰਮੇਸ਼ਨ ਮਿਲਣ 'ਤੇ ਪੁਲਿਸ ਨੇ ਪਰਚਾ ਦਰਜ ਕੀਤਾ ਅਤੇ CCTV ਫੁਟੇਜ ਦੇਖ ਕੇ ਉਸ ਪਿੰਡ ਵਿੱਚੋਂ ਅਤੇ ਮੁਕੱਦਮਾ ਨੂੰ ਟਰੇਸ ਕੀਤਾ ਗੱਡੀ ਨੰਬਰ ਟਰੇਸ ਕੀਤਾ ਗੱਡੀਆਂ ਤੋਂ ਮਾਲਕ ਤੱਕ ਪਹੁੰਚ ਕੀਤੀ ਇਸ ਤਰ੍ਹਾਂ ਦੋਸ਼ੀਆਂ ਤੱਕ ਅਸੀਂ ਪਹੁੰਚੇ ਕਿੰਨੇ ਵਿਅਕਤੀਆਂ 'ਤੇ ਜੀ ਪਰਚਾ ਦਰਜ ਕੀਤਾ ਗਿਆ ਅਤੇ ਕਿੰਨਾ ਰੁਮਾਨ ਇਹ ਦੋ ਵਿਅਕਤੀ ਨਾਮਜ਼ਦ ਹੋਏ ਹੈ ਜੀ ਇਸ ਵਿੱਚ ਅਤੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ 4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਇਹਨਾਂ ਦਾ ਪ੍ਰੋਫਾਈਲ ਕੀ ਇਹਨਾਂ ਦਾ ਕੌਣ ਨਹੀਂ ਮਿਲਦਾ ਪ੍ਰੋਫਾਈਲ ਜੀ ਹਲੇ ਤਫਤੀਸ਼ ਚੱਲ ਰਹੀ ਹੈ ਪਰ ਇਸੇ ਕਰਕੇ ਪੁਲਿਸ ਰਿਮਾਂਡ ਲਿਆ ਗਾ ਅਤੇ ਜਿਵੇਂ ਜਿਵੇਂ ਜਾਂਚ ਆਏਗੀ ਸਾਹਮਣੇ ਅਤੇ ਉਸ ਨੂੰ